ਉਹ ਜਦ ਪਿਆਰ ਕੀਤਾ ਤੇ ਡਰਨਾ ਕਿਆ, ਜਦ ਪਿਆਰ ਕੀਤਾ ਤੇ ਡਰਨਾ ਕਿਆ, ਪਿਆਰ ਕੀਤਾ ਕੋਈ ਚੋਰੀ ਨਹੀਂ ਕੀ, ਲੁੱਕ ਲੁੱਕ ਐਵੇਂ ਮਿਲਣਾ ਕਿਆ, ਜਦ ਪਿਆਰ ਕੀਤਾ ਤੇ ਡਰਨਾ ਕੀ। ਬਈ ਇਹ ਵਾਲੀ ਗੱਲ ਮੈਂ ਨਹੀਂ ਕਹੀ, ਇਹ ਕਹਿਣ ਡਈ ਹੈ ਬਾਲੀਵੁੱਡ ਦੀ ਇੱਕ ਐਸੀ ਅਭਿਨੇਤਰੀ ਜਿਹਨੂੰ ਕੋਈ ਫਿਲਮ ਨਹੀਂ ਇਸ ਟਾਈਮ ਮਿਲ ਰਹੀ, ਪਰ ਉਹ ਰਿਐਲਿਟੀ ਸ਼ੋਅ ਦੇ ਵਿੱਚ ਜਾ ਆਪਣਾ ਟਾਈਮ ਪਾਸ ਕਰਨ ਡਈ ਹੈ। ਮੈਂ ਗੱਲ ਕਰਨ ਡਿਆ ਮਲਾਇਕਾ ਅਰੋੜਾ ਦੀ। ਮਲਾਇਕਾ ਅਰੋੜਾ ਨੇ ਇਹ ਗੱਲ ਕਿਉਂ ਕਹੀ ਹੈ, ਮੁੱਦਾ ਇਹ ਹੈ, ਦਰਅਸਲ ਮਲਾਇਕਾ ਅਰੋੜਾ ਖਾਨ ਨੇ ਇਹ ਗੱਲ ਇਸ ਲਈ ਕਹੀ ਹੈ ਕਿਉਂਕਿ ਵਾਰ ਵਾਰ ਅਰਜੁਨ ਕਪੂਰ ਨੂੰ ਲੈ ਕੇ ਉਹਨਾਂ 'ਤੇ ਤੰਜ ਕੱਸੇ ਜਾਂਦੇ ਨੇ, ਟੌਂਟ ਮਾਰੀ ਜਾਂਦੀ ਹੈ ਕਿ ਤੁਹਾਡੀ ਉਮਰ ਬਹੁਤ ਜ਼ਿਆਦਾ ਹੈ, ਤੁਸੀਂ ਇੱਕ ਨਿਆਣੇ ਨਾਲ ਇਸ਼ਕ ਲੜਾਉਣ ਡੇ ਹੋ। ਔਰ ਇੱਕ ਬੰਦੇ ਨੇ ਨਹੀਂ, ਬੜੇ ਸਾਰੇ ਉਹਨਾਂ ਦੇ ਜਿਹੜੇ ਪ੍ਰਸ਼ੰਸਕ ਹੈਗੇ ਨੇ ਜਾਂ ਕਹਿ ਲਓ ਕ੍ਰਿਟਿਕਸ ਹੈਗੇ ਨੇ, ਉਹ ਸਭ ਉਹਨਾਂ ਨੂੰ ਇਹ ਸਵਾਲ ਪੁੱਛਦੇ ਨੇ, ਭਾਵੇਂ ਟਵੀਟਰ ਹੋਵੇ ਅਤੇ ਭਾਵੇਂ ਇੰਸਟਾਗ੍ਰਾਮ ਹੋਵੇ, ਜਿੱਥੇ ਵੀ ਉਹਨਾਂ ਦੀ ਕੋਈ ਪੋਸਟ ਪੈਂਦੀ ਹੈ ਇਕੱਠਿਆਂ ਦੀ, ਉੱਥੇ ਇੱਦਾਂ ਦੇ ਕਮੈਂਟਾਂ ਦੀ ਝੜੀ ਲੱਗਦੀ ਹੈ ਲੱਗਦੀ ਹੈ। ਅਤੇ ਪਿੱਛੇ ਜੀ ਉਹਨਾਂ ਦੇ ਜਿਹੜੇ ਰਿਸ਼ਤੇ ਨੇ ਉਹ ਟੁੱਟਣ ਦਾ ਵੀ ਬੜਾ ਬਵਾਲ ਹੋਇਆ ਔਰ ਬੜੀਆਂ ਸਾਰੀਆਂ ਖਬਰਾਂ ਉੱਡੀਆਂ। ਮੈਂ ਵੀ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਅਰਜੁਨ ਕਪੂਰ ਐਂਡ ਮਲਾਇਕਾ ਅਰੋੜਾ ਖਾਨ ਜਿਹੜੇ ਨੇ ਉਹ ਅਲੱਗ ਅਲੱਗ ਹੋ ਗਏ ਨੇ, ਇਹਨਾਂ ਨੇ ਮੈਂ ਕਹਿੰਦਾ ਉਸ ਗੱਲ ਦੇ ਉੱਤੇ ਕੋਈ ਆਪਣਾ ਵਿਚਾਰ ਨਹੀਂ ਦਿੱਤਾ, ਕਿਸੇ ਨੂੰ ਕੋਈ ਬਿਆਨ ਨਹੀਂ ਦਿੱਤਾ, ਅਤੇ ਹੁਣ ਇੱਕ ਫੋਟੋ ਪਾ ਕੇ ਮਲਾਇਕਾ ਅਰੋੜਾ ਖਾਨ ਨੇ ਪਤਾ ਨਹੀਂ ਕੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਅਰਜੁਨ ਕਪੂਰ ਦੇ ਨਾਲ ਆਪਣੀ ਇੱਕ ਫੋਟੋ ਪਾਈ ਹੈ ਅਤੇ ਨਾਲ ਲਿਖਿਆ ਕਿ ਭਾਵੇਂ 40 ਸਾਲ ਦੀ ਏਜ ਦੇ ਵਿੱਚ ਪਿਆਰ ਕਰੋ ਜਾਂ 50 ਸਾਲ ਦੀ ਏਜ ਦੇ ਵਿੱਚ ਕੁਝ ਕਰਨ ਦਾ ਠਾਨੋ, 30 ਸਾਲ ਦੀ ਏਜ ਦੇ ਵਿੱਚ ਆਪਣੇ ਡ੍ਰੀਮਸ ਅਚੀਵ ਕਰੋ, ਕੋਈ ਫਰਕ ਨਹੀਂ ਪੈਂਦਾ, 25 ਸਾਲ ਤੋਂ ਬਾਅਦ ਕੀ ਲਾਈਫ ਐਂਡ ਹੋ ਜਾਂਦੀ ਹੈ। ਗੱਲ ਵੀ ਵੈਸੇ ਸਿਰਫ ਸਹੀ ਹੈਗੀ ਦੋਸਤੋ ਕਿ 25 ਸਾਲ ਤੋਂ ਬਾਅਦ ਲਾਈਫ ਦਾ ਐਂਡ ਨਹੀਂ ਹੁੰਦਾ ਕਿ 25 ਸਾਲ ਤੱਕ ਹੀ ਜੀਣਾ ਬੰਦੇ ਨੇ। ਮੈਂ ਇਹ ਗੱਲ ਨਾਲ ਸਹਿਮਤ ਹਾਂ ਮਲਾਇਕਾ ਅਰੋੜਾ ਖਾਨ ਦੀ, ਪਰ ਉਹਨਾਂ ਨੇ ਇਹ ਜਿਹੜੀ ਗੱਲ ਹੈ ਖਾਸ ਤੌਰ 'ਤੇ ਅਰਜੁਨ ਕਪੂਰ ਨੂੰ ਲੈ ਕੇ ਲਿਖੀ ਹੈ, ਜਿਹੜੇ ਲੋਕ ਕਹਿੰਦੇ ਨੇ ਕਿ ਤੁਹਾਡੀ ਏਜ ਦੇ ਵਿੱਚ ਫਰਕ ਬਹੁਤ ਜ਼ਿਆਦਾ ਹੈ। ਇਸੇ ਲਈ ਮਲਾਇਕਾ ਅਰੋੜਾ ਖਾਨ ਨੇ ਕਿਹਾ ਕਿ 40 ਸਾਲ ਦੇ ਹੋ ਕੇ ਵੀ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, 30 ਸਾਲ ਦੇ ਹੋ ਕੇ ਵੀ, 50 ਸਾਲ ਦੇ ਹੋ ਕੇ ਵੀ। ਮੈਂ ਵੀ ਇਸ ਗੱਲ ਨਾਲ ਸਹਿਮਤ ਹੈਗਾ ਕਿ ਜਦੋਂ ਤੁਸੀਂ ਜਾਗੋ ਉਦੋਂ ਹੀ ਸਵੇਰਾ ਹੈ ਕਿ ਨਹੀਂ। ਢਲਦੀ ਉਮਰ ਦੇ ਵਿੱਚ ਵੀ ਅਸੀਂ ਵੱਡੇ ਵੱਡੇ ਖੁਆਬ ਦੇਖ ਸਕਦੇ ਹਾਂ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ, ਪਰ ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਇਹਦਾ ਇਹ ਮਤਲਬ ਬਣਾ ਤੁਸੀਂ 50 ਸਾਲ ਦੇ ਹੋ ਅਤੇ ਅਗਲਾ ਬੰਦਾ 15 ਸਾਲਾਂ ਦਾ ਹੋਵੇ, ਵਿਚਲਾ ਗੈਪ ਤਾਂ ਵੇਖ ਲਓ ਹੈ ਕਿ ਨਹੀਂ। ਮਤਲਬ ਆਪਣੀ ਗੱਲ ਨੂੰ ਸਹੀ ਸਾਬਤ ਕਰਨ ਲਈ ਤੁਸੀਂ ਬੜੇ ਤਰਕ ਲੌਜਿਕ ਲਾਏ ਨੇ, ਪਰ ਕਿਸੇ ਹੋਰ ਦੀ ਗੱਲ ਨੂੰ ਸਮਝਣ ਦਾ ਤਾਂ ਥੋੜ੍ਹਾ ਜਿਹਾ ਟਾਈਮ ਦਿਓ। ਹੁਣ ਤੁਸੀਂ ਉੱਠ ਕੇ ਨਿਆਣੇ ਨਾਲ ਇਸ਼ਕ ਲੜਾਉਣ ਲੱਗ ਪਓ, ਪਿਆਰ ਦੀਆਂ ਪੀਂਘਾਂ ਝੂਟਣ ਲੱਗ ਪਓ, ਤਾਂ ਫਿਰ ਤਾਂ ਕੋਈ ਕੁਝ ਨਾ ਕੁਝ ਤਾਂ ਬੋਲੇਗਾ ਨਾ, ਹੈ ਕਿ ਨਹੀਂ। ਫਿਰ ਤੁਸੀਂ ਭਾਵੇਂ ਜਿਹੜੇ ਮਰਜ਼ੀ ਲੌਜਿਕ ਦਿੰਦੇ ਰਹੋ, ਤਰਕ ਦਿੰਦੇ ਰਹੋ, ਕਹਿੰਦੇ ਰਹੋ ਕਿ ਦਿਲ ਤੋਂ ਅਭੀ ਬੱਚਾ ਹੈ ਜੀ, ਦਿਲ ਤੋਂ ਬੱਚਾ ਹੈ ਜੀ, ਹੈ ਕਿ ਨਹੀਂ, ਕਿ ਭਾਵੇਂ ਬੁੱਢੇ ਹੋ ਜਾਓ ਦਿਲ ਹੋਣਾ ਚਾਹੀਦਾ ਜਵਾਨ, ਅਤੇ ਜੋ ਮਰਜ਼ੀ ਕਰਦੇ ਰਹੋ। ਖੈਰ ਦੋਸਤੋ, ਇੱਦਾਂ ਦੀਆਂ ਹੋਰ ਵੀ ਚਟਪਟੀਆਂ ਗੱਲਾਂ ਬਾਤਾਂ ਲੈ ਕੇ ਬਾਲੀਵੁੱਡ ਪੋਲੀਵੁੱਡ ਦੀਆਂ ਹਰ ਰੋਜ਼ ਤੁਹਾਡੇ ਕੋਲ ਆਉਣਾ, ਕੱਲ੍ਹ ਫਿਰ ਹਾਜ਼ਰ ਹੋਵਾਂਗਾ। ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਮੈਂ ਖਤਮ ਕਰਦਾ, ਪਰ ਤੁਸੀਂ ਕੈਨੇਡੀਅਨ ਸਾਥ HSN TV ਐਂਡ ਬੋਲੀਵੁੱਡ ਦਾਦਾ ਨੂੰ ਆਪਣਾ ਪਿਆਰ ਇੱਦਾਂ ਹੀ ਦਿੰਦੇ ਰਹਿਣਾ, ਅਤੇ ਗੱਲਾਂ ਬਾਤਾਂ ਮੈਂ ਤੁਹਾਡੇ ਤੱਕ ਇੱਦਾਂ ਹੀ ਮਜ਼ੇਦਾਰ ਤਰੀਕੇ ਦੇ ਨਾਲ ਪਹੁੰਚਾਉਂਦਾ ਰਹਿਣਾ। ਬਾਏ ਬਾਏ, ਟੇਕ ਕੇਅਰ।